ਸ਼੍ਰੀ ਅਕਾਲ ਜੀ, ਮੈਂ ਡਾਕਟਰ ਮਨਦੀਪ ਸਿੰਘ, ਸੀਨੀਅਰ ਵੈਟਨਰੀ ਅਫਸਰ ਅਬੋਹਰ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਸ਼ੂਆਂ ਦੇ ਵਿੱਚ ਲੰਪੀ ਸਕਿਨ ਡਿਜ਼ੀਜ਼ ਦੇ ਨਾਲ ਕਾਫੀ ਪਸ਼ੂ ਪ੍ਰਭਾਵਿਤ ਹੋ ਰਹੇ ਨੇ। ਇੱਕ ਜਿਹੜਾ ਬਹੁਤ ਵੱਡਾ ਵਹਿਮ ਜਿਹੜਾ ਵਾ ਸਾਡੇ ਪਸ਼ੂ ਪਾਲਕਾਂ ਦੇ ਵਿੱਚ ਪਾਇਆ ਜਾ ਰਿਹਾ, ਜਾਂ ਜਿਹੜੀ ਸਾਡੀ ਜਨਰਲ ਪਬਲਿਕ ਆ ਉਹਦੇ ਵਿੱਚ ਪਾਇਆ ਜਾ ਰਿਹਾ ਹੈ, ਕਿ ਜਿਹੜੀ ਬਿਮਾਰੀ ਦੇ ਨਾਲ ਪੀੜਿਤ ਗਾਵਾਂ ਨੇ ਉਹਨਾਂ ਦਾ ਦੁੱਧ ਪੀਣ ਦੇ ਨਾਲ ਇਹ ਬਿਮਾਰੀ ਮਨੁੱਖਾਂ ਦੇ ਵਿੱਚ ਹੋ ਰਹੀ ਹੈ। ਇਸ ਤਰ੍ਹਾਂ ਦੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਬਹੁਤ ਫੈਲਾਈਆਂ ਜਾ ਰਹੀਆਂ ਨੇ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਸੂਚਨਾ ਹੀ ਦੇਣੀ ਚਾਹੁੰਦੇ ਹਾਂ ਕਿ ਇੱਕ ਯੂਨਾਈਟਿਡ ਨੇਸ਼ਨ ਦੀ ਇੱਕ ਸੰਸਥਾ ਹੈ FAO, ਜਿਹਦਾ ਫੁੱਲ ਫਾਰਮ ਹੈ ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ ਆਫ ਯੂਨਾਈਟਿਡ ਸਟੇਟਸ। ਸੋ ਉਹ ਜਿਹੜੀ FAO ਦੀ ਜਿਹੜੀ ਉਹਨਾਂ ਦੀ ਡਾਕੂਮੈਂਟੇਸ਼ਨ ਹੈ ਲੰਪੀ ਸਕਿਨ ਡਿਜ਼ੀਜ਼ ਬਾਰੇ, ਉਹਦਾ ਮੈਂ ਲਿਟਰੇਚਰ ਪੜ੍ਹ ਰਿਹਾ ਸੀ, ਉਹਦੇ ਚੌਥੇ ਨੰਬਰ 'ਤੇ ਉਹਦੇ ਕੰਟੈਂਟਸ ਦੇ ਵਿੱਚ ਆਉਂਦਾ ਇੱਕ ਸਸੈਪਟੀਬਲ ਹੋਸਟ, ਕਿਹੜੇ ਕਿਹੜੇ ਜੀਵ ਨੇ ਜਿਨ੍ਹਾਂ ਨੂੰ ਇਹ ਬਿਮਾਰੀ ਹੋ ਸਕਦੀ ਹੈ। ਸੋ ਜਦੋਂ ਅਸੀਂ ਉਹ ਸਸੈਪਟੀਬਲ ਹੋਸਟ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ, ਤੁਸੀਂ ਅਖੀਰ ਦੀ ਜਿਹੜੀ ਲਾਈਨ ਹੈ ਉਹਦੇ ਵਿੱਚ, ਕਿਉਂਕਿ ਉਸ ਤੋਂ ਪਹਿਲਾਂ ਸਾਰੇ ਜਾਨਵਰਾਂ ਦਾ ਵੇਰਵਾ ਦਿੱਤਾ ਹੈ ਜਿਨ੍ਹਾਂ ਜਿਨ੍ਹਾਂ ਨੂੰ ਬਿਮਾਰੀ ਹੋ ਸਕਦੀ ਹੈ, ਜਿਹੜੀ ਅਖੀਰਲੀ ਲਾਈਨ ਹੈ ਉਹਦੇ ਵਿੱਚ ਲਿਖਿਆ ਹੈ ਲੰਪੀ ਸਕਿਨ ਡਿਜ਼ੀਜ਼ ਡਜ਼ ਨਾਟ ਅਫੈਕਟ ਹਿਊਮਨਸ, ਭਾਵ ਕਿ ਲੰਪੀ ਸਕਿਨ ਡਿਜ਼ੀਜ਼ ਜਿਹੜੀ ਹੈ ਉਹ ਮਨੁੱਖਾਂ 'ਤੇ ਕੋਈ ਅਸਰ ਨਹੀਂ ਕਰਦੀ। ਇਸੇ ਤਰ੍ਹਾਂ ਮੈਂ ਇੱਕ ਗੁਡਵਾਸੂ ਦਾ ਲਿਟਰੇਚਰ ਵੀ ਪੜ੍ਹ ਰਿਹਾ ਸੀ, ਉਹਦੇ ਵਿੱਚ ਵੀ ਇੱਕ ਜਗ੍ਹਾ 'ਤੇ ਉਹਨਾਂ ਨੇ ਲਿਖਿਆ ਦੇਰ ਇਜ਼ ਨੋ ਵੈਲ ਡਾਕੂਮੈਂਟਡ ਟਰਾਂਸਮਿਸ਼ਨ ਇਨ ਹਿਊਮਨਸ, ਭਾਵ ਕਿ ਮਨੁੱਖਾਂ ਦੇ ਵਿੱਚ ਇਹ ਬਿਮਾਰੀ ਹੋਣ ਦਾ ਕੋਈ ਪੁਖਤਾ ਸਬੂਤ ਨਹੀਂ ਹੈ। ਸੋ ਉਹਨਾਂ ਨੇ ਵੀ ਇਹਦੇ ਵਿੱਚ ਲਿਖਿਆ ਹੋਇਆ ਵਾ ਕਿ ਪਸ਼ੂ ਦਾ ਦੁੱਧ ਅਤੇ ਮੀਟ ਵਰਤਣ ਦੇ ਨਾਲ ਇਹ ਬਿਮਾਰੀ ਜਿਹੜੀ ਹੈ ਇਹ ਪਸ਼ੂਆਂ ਦੇ ਵਿੱਚ ਨਹੀਂ ਹੁੰਦੀ, ਕਿਉਂਕਿ ਸਾਨੂੰ ਪਤਾ ਹੈ ਕਿ ਕੁਛ ਬਿਮਾਰੀਆਂ ਪਸ਼ੂਆਂ ਦੇ ਵਿੱਚ ਹੁੰਦੀਆਂ ਨੇ ਜਿਹੜੀਆਂ ਦੁੱਧ ਦੇ ਰਾਹੀਂ ਸਰੀਰ ਦੇ ਵਿੱਚ ਜਾ ਸਕਦੀਆਂ ਨੇ। ਪਹਿਲਾ ਜ਼ਮਾਨਾ ਹੁੰਦਾ ਸੀ ਜਦੋਂ ਲੋਕ ਕੱਚਾ ਦੁੱਧ ਪੀਂਦੇ ਹੁੰਦੇ ਸੀ ਜਾਂ ਸਿੱਧੀਆਂ ਧਾਰਾਂ ਪੀ ਜਾਂਦੇ ਸੀ। ਹੁਣ ਇਸ ਕਰਕੇ ਜਿਹੜੀ ਮੈਡੀਕਲ ਸਾਇੰਸ ਹੈ ਉਹ ਲੋਕਾਂ ਨੂੰ ਇੱਕ ਰਿਕਮੈਂਡੇਸ਼ਨ ਦਿੰਦੀ ਹੈ ਕਿ ਰੂਟੀਨ ਦੇ ਵਿੱਚ ਵੀ ਜਿਹੜਾ ਸਾਡਾ ਦੁੱਧ ਹੈ ਉਹ ਉਬਾਲ ਕੇ ਪੀਣਾ ਚਾਹੀਦਾ ਵਾ, ਜਿਹੜਾ ਮੀਟ ਹੈ ਉਹ ਰਿੰਨ ਕੇ ਖਾਣਾ ਚਾਹੀਦਾ ਵਾ। ਸੋ ਜਿਹੜੇ ਵੀ ਸਾਡੇ ਪਸ਼ੂ ਪਾਲਕ ਵੀਰ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਨਿਸ਼ਚਿੰਤ ਹੋ ਕੇ ਦੁੱਧ ਨੂੰ ਉਬਾਲ ਕੇ ਪੀਓ, ਮੀਟ ਨੂੰ ਰਿੰਨ ਕੇ ਖਾਓ, ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਕਰਨ ਦੀ ਜ਼ਰੂਰਤ ਨਹੀਂ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਕੰਜ਼ਿਊਮਰਸ ਨੇ ਜਿਹੜੇ ਡੇਅਰੀ ਤੋਂ ਦੁੱਧ ਲੈਂਦੇ ਨੇ ਜਾਂ ਵੱਖ ਵੱਖ ਥਾਵਾਂ ਤੋਂ ਦੁੱਧ ਲੈਂਦੇ ਨੇ, ਉਹਨਾਂ ਨੂੰ ਵੀ ਇਹ ਅਪੀਲ ਹੈ ਕਿ ਤੁਸੀਂ ਨਿਸ਼ਚਿੰਤ ਹੋ ਕੇ, ਕਿਉਂਕਿ ਜਿਹੜਾ ਦੁੱਧ ਦੇ ਬਾਰੇ ਜਦੋਂ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਲਿਖਦੇ ਨੇ ਪਸ਼ੂ ਮਿਲੇ ਖੜਿਆਈਆਂ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਸੋ ਦੁੱਧ ਦੀ ਜਿਹੜੀ ਉਹਨਾਂ ਨੇ ਤੁਲਨਾ ਵਾ ਉਹ ਅੰਮ੍ਰਿਤ ਦੇ ਨਾਲ ਕੀਤੀ ਹੋਈ ਆ। ਸੋ ਜਿਹੜੀ ਇਹ ਅੰਮ੍ਰਿਤਮਈ ਖੁਰਾਕ ਹੈ ਜਿਹੜੀ ਸਾਨੂੰ ਕੁਦਰਤ ਨੇ ਦਿੱਤੀ ਹੋਈ ਆ, ਐਵੇਂ ਇਹਦੇ ਪ੍ਰਤੀ ਵਹਿਮ ਪੈਦਾ ਨਾ ਕਰੀਏ, ਨਿਸ਼ਚਿੰਤ ਹੋ ਕੇ ਜਿਵੇਂ ਅਸੀਂ ਪਹਿਲਾਂ ਦੁੱਧ ਨੂੰ ਵਰਤਦੇ ਸੀ ਉਸੇ ਤਰੀਕੇ ਦੇ ਨਾਲ ਦੁੱਧ ਨੂੰ ਉਬਾਲ ਕੇ ਪੀਏ। ਹਾਂ, ਇੰਨਾ ਕੁ ਸਾਨੂੰ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਹੜਾ ਅਸੀਂ ਦੁੱਧ ਲੈ ਰਹੇ ਹਾਂ ਉਹ ਵਾਕਈ ਮੱਝ ਦੀ ਗਾਂ ਦਾ ਦੁੱਧ ਹੈ, ਸਿੰਥੈਟਿਕ ਦੁੱਧ ਨਹੀਂ ਹੈ। ਸੋ ਅਸੀਂ ਇਸ ਤਰੀਕੇ ਦੇ ਨਾਲ ਆਪਣੀ ਸਿਹਤ ਦਾ ਧਿਆਨ ਰੱਖੀਏ ਅਤੇ ਪਸ਼ੂ ਪਾਲਕਾਂ ਦੇ ਜਿਹੜੇ ਹਿੱਤ ਨੇ ਉਹਨਾਂ ਦਾ ਵੀ ਧਿਆਨ ਵਿੱਚ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।